ਇਸ ਵਕਤ ਅਸੀਂ ਬਿਲਕੁਲ ਪੰਜਾਬ ਹਰਿਆਣਾ ਦੀ ਹੱਦ ਦੇ ਉਪਰ ਮੌਜੂਦ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਕੀਤੀ ਹੋਈ ਆ ਜਿਸ ਤੋਂ ਅੱਗੇ ਹਰਿਆਣਾ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖੋਗੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਉੱਥੇ ਤੱਕ ਤੁਹਾਨੂੰ ਕਿਸਾਨਾਂ ਦੀਆਂ ਟਰਾਲੀਆਂ ਕਿਸਾਨ ਦਿਖਾਈ ਦੇਣਗੇ ਤਾਂ ਇੱਕ ਪਾਸੇ ਹਰਿਆਣਾ ਪੁਲਿਸ ਦੀ ਬੈਰੀਗੇਡਿੰਗ ਹੈਗੀ ਆ ਤਾਂ ਦੂਜੇ ਪਾਸੇ ਤੁਹਾਨੂੰ ਕਿਸਾਨ ਖੜੇ ਦਿਖਾਈ ਦੇ ਰਹੇ ਨੇ ਤੇ ਇੱਥੋਂ ਤਕਰੀਬਨ ਤਕਰੀਬਨ 3 ਕਿਲੋਮੀਟਰ ਤੱਕ ਜਿਹੜੇ ਹੈਗੇ ਨੇ ਕਿਸਾਨਾਂ ਦੇ ਟਰੈਕਟਰ ਕਿਸਾਨਾਂ ਦੀਆਂ ਟਰਾਲੀਆਂ ਮੌਜੂਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਪੁਲਿਸ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਰੋਕ ਲਿਆ ਗਿਆ ਹੁੰਦਾ ਕੀ ਆ 21 ਤਰੀਕ ਨੂੰ ਦੁਪਹਿਰ ਦੇ ਵਕਤ ਜਦੋਂ ਜਿਹੜੇ ਨੌਜਵਾਨ ਹੈਗੇ ਨੇ ਕਿਸਾਨ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹਰਿਆਣਾ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਮਾਹੌਲ ਗਰਮਾ ਜਾਂਦਾ ਕਿਤਨਾ ਕਿਤੇ ਜਾ ਕੇ ਗੁੱਸੇ ਦੇ ਵਿੱਚ ਆਏ ਜਿਹੜੇ ਕਿਸਾਨ ਹੈਗੇ ਨੇ ਉਹ ਇਹ ਪਰਾਲੀ ਜਿਹੜੀ ਹੈਗੀ ਆ ਇਹ ਜਲਾ ਕੇ ਕਿਸਾਨਾਂ ਤੇ ਜਿਹੜੇ ਕਿਸਾਨਾਂ ਵੱਲੋਂ ਜਿਹੜੀ ਹੈਗੀ ਆ ਪਰਾਲੀ ਜਲਾਈ ਜਾਂਦੀ ਆ ਤੇ ਹਵਾ ਦਾ ਬਹਾਓ ਜਿਹੜਾ ਹੈਗਾ ਸੀ ਪੁਲਿਸ ਦੇ ਵੱਲ ਸੀ ਤਾਂ ਹਰਿਆਣਾ ਪੁਲਿਸ ਦੇ ਵੱਲ ਜਿਹੜੀ ਹੈਗੀ ਆ ਇਹਦਾ ਧੂਆਂ ਜਾਂਦਾ ਤਾਂ ਮਾਹੌਲ ਗਰਮਾ ਜਾਂਦਾ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਦੇ ਉੱਪਰ ਕਲੀਅਰ ਗੈਸ ਦੇ ਗੋਲੇ ਗੇਰੇ ਜਾ ਰਹੇ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਕਿਸ ਤਰ੍ਹਾਂ ਕਿਤੇ ਧੂਏ ਦਾ ਜਵਾਬ ਧੂਏ ਦੇ ਵਿੱਚ ਦੇਣ ਦੇ ਲਈ ਸੋਚਿਆ ਤੇ ਜਿਹੜੀ ਇਹ ਪਰਾਲੀ ਦੇ ਧੂਏ ਵਾਲੀ ਕਾਰਵਾਈ ਆ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਫਿਰ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਆ ਜਵਾਬਦੀ ਉਹ ਦਿੱਤੀ ਗਈ ਤਾਂ ਜਿਸ ਦੇ ਵਿੱਚ ਇਨਾ ਖੇਤਾਂ ਦੇ ਵਿੱਚ ਖੜਾ 21 ਸਾਲ ਦਾ ਸ਼ੁਭਕਰਨ ਜਿਹੜਾ ਹੈਗਾ ਉਹ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੇ ਲਈ ਕਿਦਣਾ ਕਿਤੇ ਜਦੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਇੱਕ ਰਬੜ ਦੀ ਗੋਲੀ ਆ ਕੇ ਸ਼ੁਭਕਰਨ ਦੇ ਲੱਗਦੀ ਆ ਜਿਸ ਤੋਂ ਬਾਅਦ ਉਹ ਗੋਲੀ ਦਾ ਜਿਹੜਾ ਹੈਗਾ ਵਾਰ ਆ ਸ਼ੁਭਕਰਨ ਨਹੀਂ ਸੰਭਾਲ ਪਾਉਂਦਾ ਤੇ ਇਸ ਖੇਤਾਂ ਦੇ ਵਿੱਚ ਉਹ ਜ਼ਖਮੀ ਹੋ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੇ ਕਣਕ ਹੈਗੀ ਆ ਉਹ ਇਸ ਖੇਤ ਦੀ ਖਿਲਰੀ ਪਈ ਆ ਤਾਂ ਇਸ ਤਸਵੀਰਾਂ ਤੋਂ ਸਾਫ਼-ਸਾਫ਼ ਪਤਾ ਲੱਗ ਸਕਦਾ ਕਿ ਉਸ ਵਕਤ ਕਿੰਨੀ ਜ਼ਿਆਦਾ ਭੀੜ ਜਿਹੜੀ ਹੈਗੀ ਆ ਕਿਸਾਨਾਂ ਦੀ ਇਹਨਾਂ ਖੇਤਾਂ ਦੇ ਵਿੱਚ ਹੋਊਗੀ ਕਿਦਾਂ ਦੇ ਹਾਲਾਤ ਬਣੇ ਹੋਣਗੇ ਤਾਂ ਲਗਾਤਾਰ ਪੁਲਿਸ ਤੇ ਕਿਸਾਨਾਂ ਦਾ ਜਿਹੜਾ ਟਕਰਾਅ ਹੁੰਦਾ ਉਸ ਦਾ ਸ਼ਿਕਾਰ ਸ਼ੁਭਕਰਨ ਹੋ ਜਾਂਦਾ ਸ਼ੁਭਕਰਨ ਦੇ ਗੋਲੀ ਲੱਗਦੀ ਆ ਤੇ ਗੋਲੀ ਲੱਗਣ ਤੋਂ ਬਾਅਦ ਲਗਾਤਾਰ ਜਿਹੜੇ ਉਹਦੇ ਨਾਲ ਦੇ ਸਾਥੀ ਹੁੰਦੇ ਨੇ ਉਸ ਨੂੰ ਇੱਥੋਂ ਲੈ ਕੇ ਜਾਂਦੇ ਨੇ ਸਾਹਮਣੇ ਜਿਹੜਾ ਹੈਗਾ ਜਿਹੜੀ ਫਰਸਟ ایڈ ਜਿਹੜੀ ਹੈਗੀ ਆ ਇੱਥੇ ਮੈਡੀਕਲ ਸਹਾਇਤਾ ਉਹਨੂੰ ਦਿੱਤੀ ਜਾਂਦੀ ਆ ਤੇ ਐਂਬੂਲੈਂਸ ਦੇ ਵਿੱਚ ਸ਼ੁਭਕਰਨ ਨੂੰ ਨਜ਼ਦੀਕੀ ਹਸਤਾਲ ਪਤਣਾ ਵਿਖੇ ਪਹੁੰਚਾਇਆ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਹਸਤਾਲ ਵਿਖੇ ਜਿਹੜਾ ਪਟਿਆਲਾ ਰਜਿੰਦਰਾ ਲਿਜਾਇਆ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਆ ਇਸ ਵਕਤ ਅਸੀਂ ਬਿਲਕੁਲ ਪੰਜਾਬ ਹਰਿਆਣਾ ਦੀ ਹੱਦ ਦੇ ਉਪਰ ਮੌਜੂਦ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਗੇਡਿੰਗ ਕੀਤੀ ਹੋਈ ਆ ਜਿਸ ਤੋਂ ਅੱਗੇ ਹਰਿਆਣੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖੋਗੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਉੱਥੇ ਤੱਕ ਤੁਹਾਨੂੰ ਕਿਸਾਨਾਂ ਦੀਆਂ ਟਰਾਲੀਆਂ ਕਿਸਾਨ ਦਿਖਾਈ ਦੇਣਗੇ ਤਾਂ ਇੱਕ ਪਾਸੇ ਹਰਿਆਣਾ ਪੁਲਿਸ ਦੀ ਬੈਰੀਗੇਡਿੰਗ ਹੈਗੀ ਆ ਤਾਂ ਦੂਜੇ ਪਾਸੇ ਤੁਹਾਨੂੰ ਕਿਸਾਨ ਖੜੇ ਦਿਖਾਈ ਦੇ ਰਹੇ ਨੇ ਤੇ ਇੱਥੋਂ ਤਕਰੀਬਨ ਤਕਰੀਬਨ 3 ਕਿਲੋਮੀਟਰ ਤੱਕ ਜਿਹੜੇ ਹੈਗੇ ਨੇ ਕਿਸਾਨਾਂ ਦੇ ਟਰੈਕਟਰ ਕਿਸਾਨਾਂ ਦੀਆਂ ਟਰਾਲੀਆਂ ਮੌਜੂਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਰ ਹਰਿਆਣਾ ਪੁਲਿਸ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਰੋਕ ਲਿਆ ਗਿਆ ਹੁੰਦਾ ਕੀ ਆ 21 ਤਰੀਕ ਨੂੰ ਦੁਪਹਿਰ ਦੇ ਵਕਤ ਜਦੋਂ ਜਿਹੜੇ ਨੌਜਵਾਨ ਹੈਗੇ ਨੇ ਕਿਸਾਨ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹਰਿਆਣਾ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਮਾਹੌਲ ਗਰਮਾ ਜਾਂਦਾ ਕਿਤੇ ਨਾ ਕਿਤੇ ਜਾ ਕੇ ਗੁੱਸੇ ਦੇ ਵਿੱਚ ਆਏ ਜਿਹੜੇ ਕਿਸਾਨ ਹੈਗੇ ਨੇ ਉਹ ਇਹ ਪਰਾਲੀ ਜਿਹੜੀ ਹੈਗੀ ਆ ਇਹ ਜਲਾ ਕੇ ਕਿਸਾਨਾਂ ਤੇ ਜਿਹੜੇ ਕਿਸਾਨਾਂ ਵੱਲੋਂ ਜਿਹੜੀ ਹੈਗੀ ਪਰਾਲੀ ਜਲਾਈ ਜਾਂਦੀ ਆ ਤੇ ਹਵਾ ਦਾ ਬਹਾਓ ਜਿਹੜਾ ਹੈਗਾ ਸੀ ਪੁਲਿਸ ਦੇ ਵੱਲ ਸੀ ਤਾਂ ਹਰਿਆਣਾ ਪੁਲਿਸ ਦੇ ਵੱਲ ਜਿਹੜੀ ਹੈਗੀ ਆ ਇਹਦਾ ਧੂਆਂ ਜਾਂਦਾ ਤਾਂ ਮਾਹੌਲ ਗਰਮਾ ਜਾਂਦਾ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਦੇ ਉੱਪਰ ਟੀਅਰ ਗੈਸ ਦੇ ਗੋਲੇ ਗੇਰੇ ਜਾ ਰਹੇ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਕਿ ਤਰ੍ਹਾਂ ਕਿਤੇ ਧੂਏ ਦਾ ਜਵਾਬ ਧੂਏ ਦੇ ਵਿੱਚ ਦੇਣ ਦੇ ਲਈ ਸੋਚਿਆ ਤੇ ਜਿਹੜੀ ਇਹ ਪਰਾਲੀ ਦੇ ਧੂਏ ਵਾਲੀ ਕਾਰਵਾਈ ਆ ਕੀਤੀ ਕਿ ਜਿਸ ਤੋਂ ਬਾਅਦ ਲਗਾਤਾਰ ਫਿਰ हरियाणा पुलिस ਦੇ ਵੱਲੋਂ ਲਗਾਤਾਰ ਜਿਹੜੀ ਆ ਜਵਾਬਦੀ ਉਹ ਦਿੱਤੀ ਗਈ ਤਾਂ ਜਿਸ ਦੇ ਵਿੱਚ ਇਨਾ ਖੇਤਾਂ ਦੇ ਵਿੱਚ ਖੜਾ 21 ਸਾਲ ਦਾ ਸ਼ੁਭਕਰਨ ਜਿਹੜਾ ਹੈਗਾ ਉਹ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੇ ਲਈ ਕਿਦਣਾ ਕਿਤੇ ਜਦੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਇੱਕ ਰਬੜ ਦੀ ਗੋਲੀ ਆ ਕੇ ਸ਼ੁਭਕਰਨ ਦੇ ਲੱਗਦੀ ਆ ਜਿਸ ਤੋਂ ਬਾਅਦ ਉਹ ਗੋਲੀ ਦਾ ਜਿਹੜਾ ਹੈਗਾ ਵਾਰ ਆ ਸ਼ੁਭਕਰਨ ਨਹੀਂ ਸੰਭਾਲ ਪਾਉਂਦਾ ਤੇ ਇਸ ਖੇਤਾਂ ਦੇ ਵਿੱਚ ਉਹ जख्मी ਹੋ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੀ ਕਣਕ ਹੈਗੀ ਆ ਉਹ ਇਸ ਖੇਤ ਦੀ ਖਿਲਰੀ ਪਈ ਆ ਤਾਂ ਇਸ ਤਸਵੀਰਾਂ ਤੋਂ ਸਾਫ਼-ਸਾਫ਼ ਪਤਾ ਲੱਗ ਸਕਦਾ ਕਿ ਉਸ ਵਕਤ ਕਿੰਨੀ ਜ਼ਿਆਦਾ ਭੀੜ ਜਿਹੜੀ ਹੈਗੀ ਆ ਕਿਸਾਨਾਂ ਦੀ ਇਹਨਾਂ ਖੇਤਾਂ ਦੇ ਵਿੱਚ ਹੋਊਗੀ ਕਿਦਾਂ ਦੇ ਹਾਲਾਤ ਬਣੇ ਹੋਣਗੇ ਤਾਂ ਲਗਾਤਾਰ ਪੁਲਿਸ ਤੇ ਕਿਸਾਨਾਂ ਦਾ ਜਿਹੜਾ ਟਕਰਾਅ ਹੁੰਦਾ ਉਸ ਦਾ ਸ਼ਿਕਾਰ ਸ਼ੁਭਕਰਨ ਹੋ ਜਾਂਦਾ ਸ਼ੁਭਕਰਨ ਦੇ ਗੋਲੀ ਲੱਗਦੀ ਆ ਤੇ ਗੋਲੀ ਲੱਗਣ ਤੋਂ ਬਾਅਦ ਲਗਾਤਾਰ ਜਿਹੜੇ ਉਹਦੇ ਨਾਲ ਦੇ ਸਾਥੀ ਹੁੰਦੇ ਨੇ ਉਸ ਨੂੰ ਇੱਥੋਂ ਲੈ ਕੇ ਜਾਂਦੇ ਨੇ ਸਾਹਮਣੇ ਜਿਹੜਾ ਹੈਗਾ ਜਿਹੜੀ ਫਰਸਟ ایڈ ਜਿਹੜੀ ਹੈਗੀ ਆ ਇੱਥੇ ਮੈਡੀਕਲ ਸਹਾਇਤਾ ਉਹਨੂੰ ਦਿੱਤੀ ਜਾਂਦੀ ਆ ਤੇ ਐਂਬੂਲੈਂਸ ਦੇ ਵਿੱਚ ਸ਼ੁਭ ਕਰਨ ਨੂੰ ਨਜ਼ਦੀਕੀ ਹਸਪਤਾਲ ਪਾਤਣਾ ਵਿਖੇ ਪਹੁੰਚਾਇਆ ਜਾਂਦਾ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿਖੇ ਜਿਹੜਾ ਪਟਿਆਲਾ ਰਜਿੰਦਰਾ ਲਿਜਾਇਆ ਜਾਂਦਾ ਤੇ ਉਸਦੀ ਮੌਤ ਹੋ ਜਾਂਦੀ ਆ